ਦੱਟੀਵਨਰ ਆਈ ਦੇਖ ਰਹੇ ਹਾਂ ਮੈਂ ਆ ਸੁਖਬੀਰ ਸਿੰਘ ਸ਼ੇਰਗਰ ਕਿਸਾਨੀ ਸੰਘਰਸ਼ ਚੱਲਦਿਆਂ 7 ਮਹੀਨੇ ਹੋ ਗਏ ਨੇ ਕਿਸਾਨ ਦਿੱਲੀ ਦੀਆਂ ਬਰੂਹਾਂ ਉੱਤੇ ਬੈਠੇ ਨੇ ਉਹਨਾਂ ਵੱਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕਿ ਖੇਤੀ ਕਾਨੂੰਨਾਂ ਨੂੰ ਰੱਦ ਕਰ ਦਿੱਤਾ ਜਾਵੇ ਪਰ ਸਰਕਾਰ ਦੀ ਇਸ ਉੱਪਰ ਕੋਈ ਵੀ ਕਾਰਵਾਈ ਹੁੰਦੀ ਵਿਖਾਈ ਨਹੀਂ ਦੇ ਰਹੀ ਜਿਸ ਦੇ ਚੱਲਦਿਆਂ ਰਾਸ਼ਟਰੀ ਤੇ ਅੰਤਰਰਾਸ਼ਟਰੀ ਸ਼ਖਸੀਅਤਾਂ ਵੱਲੋਂ ਇਸ ਅੰਦੋਲਨ ਦਾ ਸਮਰਥਨ ਕੀਤਾ ਜਾ ਰਿਹਾ ਹੈ ਪੰਜਾਬੀ ਕਲਾਕਾਰਾਂ ਵੱਲੋਂ ਵੀ ਲਗਾਤਾਰ ਸੰਘਰਸ਼ ਨੂੰ ਸਮਰਥਨ ਕੀਤਾ ਜਾ ਰਿਹਾ ਜਿਸ ਦੇ ਚਲਦਿਆਂ ਜੈਜ਼ੀ ਬੀ ਵੱਲੋਂ ਵੀ ਲਗਾਤਾਰ ਇਸ ਸੰਘਰਸ਼ ਦੇ ਬਾਰੇ ਬੋਲਿਆ ਵੀ ਜਾ ਰਿਹਾ ਹੈ ਤੇ ਉਹਨਾਂ ਵੱਲੋਂ ਇਸ ਦਾ ਡਟ ਕੇ ਸਮਰਥਨ ਕੀਤਾ ਜਾ ਰਿਹਾ ਜਿਸ ਦੇ ਚਲਦਿਆਂ ਕੈਨੇਡਾ ਦੇ ਇੱਕ ਗੁਰਦੁਆਰਾ ਸਾਹਿਬ ਵਿਖੇ ਉਹਨਾਂ ਦਾ 골ਡ ਮੈਡਲ ਨਾਲ ਸਨਮਾਨ ਕੀਤਾ ਗਿਆ ਇਸ ਸਨਮਾਨ ਦੇ ਚਲਦਿਆਂ ਉਹਨਾਂ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਸ ਕਿਸਾਨੀ ਸੰਘਰਸ਼ ਦਾ ਸਮਰਥਨ ਕਰਨਾ ਚਾਹੀਦਾ ਹੈ ਕਿਉਂਕਿ ਸਾਡੇ ਬਾਪ ਦਾਦੇ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਬੈਠੇ ਨੇ ਕਿਸਾਨੀ ਸੰਘਰਸ਼ ਦੇ ਵਿੱਚ ਹਿੱਸਾ ਲੈ ਰਹੇ ਨੇ ਤੇ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਉਹਨਾਂ ਦਾ ਸਾਥ ਦਈਏ ਇਸ ਵੀਡੀਓ ਨੂੰ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰam ਦੇ ਉੱਤੇ ਵੀ ਸਾਂਝਾ ਕੀਤਾ ਹੈ ਜਿੱਥੇ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਇਸ ਵੀਡੀਓ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ ਆਪਾਂ ਵੀ ਝਾਤ ਮਾਰ ਲੈਨੇ ਆ ਇਸ ਵੀਡੀਓ ਦੇ ਉੱਤੇ ਇਹ ਜੋਗਾ ਹੈ ਨਹੀਂਗਾ ਜਿੱਦੇ ਇਹਨਾਂ ਨੇ ਸ਼ਬਦ ਮੇਰੇ ਲਈ ਬੋਲ ਦਿੱਤੇ ਆ ਜੇ ਮੈਂ ਇੰਡੀਆ ਮੋਰਚੀਤੇ ਵੀ ਗਿਆ ਉਹ ਮੇਰਾ ਦਿਲ ਸੀ ਮੇਰੀ ਰੂਹ ਸੀ ਕਿਉਂਕਿ ਮੈਂ ਇਹ ਸੋਚਦਾ ਸੀ ਜੇ ਮੇਰੇ ਪਾਪਾ ਜੀ ਮੇਰੇ ਡੈਡ ਜੀਂਦੇ ਹੁੰਦੇ ਉਹ ਵੀ ਉੱਥੇ ਬੈਠੇ ਹੁੰਦੇ ਕੀ ਮੈਂ ਫੇਰ ਜਾਂਦਾ ਨਾ ਸਾਨੂੰ ਇਹ ਸੋਚਣ ਦੀ ਲੋੜ ਹੁੰਦੀ ਆ ਆਪਾਂ ਕਈ ਵਾਰ ਇੰਦਾ ਸੋਚ ਲੰਨੇ ਆ ਕਿ ਚਲ ਆਪਣਾ ਕੀ ਆ ਆਪਾਂ ਤਾਂ ਇੱਥੇ ਹੀ ਆ ਇੰਦਾ ਨਹੀਂ ਕਦੇ ਵੀ ਸੋਚਣਾ ਹਮੇਸ਼ਾ ਇੱਦੀ ਸੋਚਣਾ ਵੀ ਉਹ ਜਿਹੜੇ ਬੈਠੇ ਨੇ ਉਹ ਸਾਡੇ ਬਜ਼ੁਰਗ ਨੇ ਸਾਡੀਆਂ ਦਾਦੀਆਂ ਨੇ ਸਾਡੀਆਂ ਨਾਨੀਆਂ ਨੇ ਸਾਡੇ ਨਾਨੇ ਨੇ ਸਾਡੇ ਦਾਦੇ ਨੇ ਸਾਡੀਆਂ ਭੈਣਾਂ ਸਾਡੇ ਬੱਚੇ ਮੈਂ ਜਦੋਂ ਇੱਥੇ ਕੈਨੇਡਾ ਦੇ ਵਿੱਚ ਸੀਗਾ ਉਦੋਂ ਫਲਾਈਟਾਂ ਕੁਦਰਤੀ ਬੰਦ ਸੀਗੀਆਂ ਸਾਰੀਆਂ ਡਿਊ ਟੂ ਕੋਵਿਡ